ਖੁਸ਼ੀਆਂ ਖੇੜੇ ਸਾਡੇ ਵਿਹੜੇ ਸਾਡੇ ਵਿਹੜੇ। ਸਤਿ ਸ਼੍ਰੀ ਅਕਾਲ, ਓਮ ਸ਼ਾਂਤੀ। ਮੈਂ ਹਾਂ ਸਤਨਾਮ ਕੌਰ ਅਤੇ ਇੱਕ ਵਾਰੀ ਫਿਰ ਲੈ ਕੇ ਆਈ ਹਾਂ ਤੁਹਾਡੇ ਲਈ ਅੱਜ ਦਾ ਇੱਕ ਨਵਾਂ ਪ੍ਰੋਗਰਾਮ ਜਿਹਦਾ ਨਾਂ ਹੈ ਖੁਸ਼ੀਆਂ ਖੇੜੇ ਸਾਡੇ ਵਿਹੜੇ। ਦੋਸਤੋ, ਹੁਣ ਤੱਕ ਦੀ ਕੜੀਆਂ 'ਚ ਅਸੀਂ ਜਾਣਦੇ ਹਾਂ ਕਿ ਕਿੱਦਾਂ ਆਪਣੀ ਖੁਸ਼ੀ ਨੂੰ ਮਨਾਉਣ ਲਈ ਜਾਂ ਰੱਖਣ ਲਈ ਕਿੰਨਾ ਜ਼ਰੂਰੀ ਹੁੰਦਾ ਹੈ ਆਪਣੇ ਆਪ ਨੂੰ ਬਦਲਣਾ, ਆਪਣੇ ਐਟੀਟਿਊਡ ਨੂੰ ਬਦਲਣਾ ਔਰ ਆਪਣੇ ਜੀਵਨ 'ਚ ਇੱਕ ਸਕਾਰਾਤਮਕ ਸੋਚ ਨੂੰ ਲਿਆਉਣਾ। ਅੱਜ ਦੀ ਇਸ ਕੜੀ 'ਚ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਉਹ ਕਾਰਨਾਂ ਦੇ, ਉਹ ਕਿਹੜੇ ਕਾਰਨ ਨੇ ਜਿਹਦੇ ਕਾਰਨ ਸਾਡੀ ਖੁਸ਼ੀ ਘੱਟਦੀ ਜਾ ਰਹੀ ਹੈ। ਸਾਡੇ ਨਾਲ ਨੇ ਅੱਜ ਦੀ ਚਰਚਾ 'ਚ ਡਾਕਟਰ ਪ੍ਰਤਾਪ ਮਿੱਡਾ ਜੀ। ਸਤਿ ਸ਼੍ਰੀ ਅਕਾਲ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਇਸ ਪ੍ਰੋਗਰਾਮ 'ਚ। ਡਾਕਟਰ ਸਾਹਿਬ, ਜਿੱਦਾਂ ਕਿ ਅਸੀਂ ਪਿਛਲੇ ਕੜੀਆਂ 'ਚ ਇਹ ਡਿਸਕਸ ਕਰਦੇ ਆਏ ਹਾਂ, ਇਹ ਵਾਰਤਾ ਕੀਤੀ ਹੈ ਆਪਾਂ ਕਿ ਖੁਸ਼ ਰਹਿਣ ਦੇ ਕੀ ਕਾਰਨ ਹੁੰਦੇ ਹੈ। ਇੱਕ ਤਾਂ ਐਟੀਟਿਊਡ ਔਰ ਜੋ ਬਦਲਾਵ ਚਾਹੀਦਾ ਹੁੰਦਾ ਹੈ ਜੀਵਨ 'ਚ ਉਹ ਨਹੀਂ ਆਉਂਦਾ। ਤੁਸੀਂ ਮੈਨੂੰ ਹੁਣ ਇਹ ਦੱਸੋ ਕਿ ਇਹੋ ਜਿਹੇ ਕਿਹੜੇ ਕਾਰਨ ਨੇ ਜਿਹਦੇ ਕਰਕੇ ਇੱਕ ਖੁਸ਼ੀ ਗੁੰਮ ਹੋ ਜਾਂਦੀ ਹੈ ਇਨਸਾਨ ਦੀ। ਜਿਸ ਤਰ੍ਹਾਂ ਅਸੀਂ ਇਹ ਸਮਝਿਆ ਹੈਗਾ ਕਿ ਖੁਸ਼ੀ ਸਾਡੇ ਆਪਣੇ ਉੱਪਰ ਨਿਰਭਰ ਕਰਦੀ ਹੈ, ਸਾਡੀ ਆਪਣੀ ਸੋਚ ਕਿਸ ਤਰ੍ਹਾਂ ਹੈਗੀ, ਅਸੀਂ ਆਪਣੀ ਸੋਚ ਨੂੰ ਕਿਸ ਤਰ੍ਹਾਂ ਕਰੈਕਟ ਕਰੀਏ। ਹੁਣ ਕਦੇ ਕਦੇ ਇਹ ਹੁੰਦਾ ਅਸੀਂ ਛੋਟੀ ਛੋਟੀ ਗੱਲਾਂ 'ਚ ਫਸ ਜਾਂਦੇ ਹੈਗੇ। ਉਹ ਗੱਲ ਇਹ ਹੋ ਸਕਦੀ ਹੈ ਕਿ ਸਾਡੀ ਕੋਈ ਪ੍ਰਜ਼ੰਪਸ਼ਨ ਹੋ ਸਕਦੀ ਹੈ, ਕੋਈ ਸਾਡੇ ਆਪਣੇ ਅੰਦਾਜ਼ੇ ਹੁੰਦੇ ਨੇ, ਅਸੀਂ ਕਿਸੇ ਚੀਜ਼ ਬਾਰੇ ਅੰਦਾਜ਼ ਲਾ ਲੈਂਦੇ ਹੈਗੇ, ਜਾਂ ਕਦੇ ਕਦੇ ਅਸੀਂ ਸਾਡੀ ਕੋਈ ਇਸ ਤਰ੍ਹਾਂ ਦੇ ਮਨ ਵਿੱਚ ਧਾਰਨਾ ਹੋ ਜਾਂਦੀ ਹੈਗੀ, ਉਸ ਕਰਕੇ ਵੀ ਅਸੀਂ ਆਪਣੀ ਖੁਸ਼ੀ ਗੁੰਮ ਕਰ ਲੈਂਦੇ ਹਾਂ। ਅਸੀਂ ਇਹ ਸੋਚਣ ਦੀ ਗੱਲ ਹੈ ਕਿ ਖੁਸ਼ੀ ਜਿਹੜੀ ਹੈਗੀ ਇਟ ਇਜ਼, ਇਹ ਕੋਈ ਕੰਡੀਸ਼ਨਲ ਨਹੀਂ ਹੈਗੀ। ਇਹ ਖੁਸ਼ੀ ਹੈਗੀ ਸਾਡੀ ਸੋਚ ਸਕਾਰਾਤਮਕ ਹੋਏ, ਸਾਡੀ ਸੋਚ ਜਿਹੜੀ ਪੋਜ਼ਿਟਿਵ ਹੋਏ। ਉਹਦੇ 'ਚ ਕਈ ਵਾਰੀ ਸਾਡੀਆਂ ਕੁਛ ਨਾ ਕੁਛ ਇਸ ਤਰ੍ਹਾਂ ਕਹੀਏ ਪੁਰਾਣੀਆਂ ਆਦਤਾਂ ਆ ਜਾਂਦੀਆਂ ਹੈਗੀਆਂ ਨੇ। ਕਦੇ ਕਦੇ ਸਾਨੂੰ ਇਹ ਲੱਗਦਾ ਹੈਗਾ ਕਿ ਮੈਂ ਖੁਸ਼ ਹੋਵਾਂਗਾ ਤਾਂ ਕੀ ਫਾਇਦਾ ਹੋਏਗਾ, ਮਤਲਬ ਮੈਂ ਇਹ ਸੋਚਣਾ ਆਪਣੇ ਆਪ ਨੂੰ ਹੀ ਡਾਊਟ ਕਰਨ ਲੱਗ ਜਾਂਦਾ ਉਸ ਤਰ੍ਹਾਂ ਦੀ ਚੀਜ਼ਾਂ ਨਾਲ। ਅੱਛਾ, ਖੁਸ਼ ਹੋਣਾ ਬਹੁਤ ਜ਼ਰੂਰੀ ਹੈਗਾ, ਕਿਉਂਕਿ ਜਿਸ ਤਰ੍ਹਾਂ ਅਸੀਂ ਸਮਝਿਆ ਸੀਗਾ ਖੁਸ਼ੀ ਨਾਲ ਸਾਡੀ ਪ੍ਰੋਡਕਟੀਵਿਟੀ ਵੱਧਦੀ ਹੈ, ਅਸੀਂ ਜ਼ਿਆਦਾ ਕ੍ਰੀਏਟਿਵ ਹੁੰਦੇ ਹਾਂ। ਹੁਣ ਖੁਸ਼ੀ ਗੁੰਮ ਹੋਣ ਦਾ ਤਰੀਕਾ ਇਹ ਹੁੰਦਾ ਹੈ ਕਦੇ ਕਦੇ ਅਸੀਂ ਆਪਣਾ ਧੀਰਜ ਛੱਡ ਦਿੰਦੇ, ਪੇਸ਼ੈਂਸ, ਹਾਂ ਪੇਸ਼ੈਂਸ ਚਲੀ ਜਾਂਦੀ ਹੈ, ਅਸੀਂ ਇਰੀਟੇਟ ਹੋ ਜਾਂਦੇ ਹਾਂ, ਚਿੜਚਿੜਾ ਹੋ ਜਾਂਦੇ ਹਾਂ। ਉਹਦੇ ਪਿੱਛੇ ਕਾਰਨ ਇਹੀ ਹੁੰਦਾ ਹੈਗਾ ਕਿ ਜਿਹੜੀ ਸਮੱਸਿਆ ਆਉਂਦੀ ਹੈਗੀ, ਜਿਹੜੀ ਉਲਝਣ ਸਾਡੇ ਸਾਹਮਣੇ ਆਉਂਦੀ ਹੈਗੀ, ਉਸ ਉਲਝਣ ਦੇ ਅਸੀਂ ਪੂਰੇ ਅੰਦਾਜ਼ਾ ਨਹੀਂ ਲਾ ਪੈਂਦੇ ਕਿ ਉਲਝਣ ਕਿਸ ਕਾਰਨ ਨਾਲ ਹੋਈ ਹੈ। ਅਸਾਂ ਕਦੇ ਕਦੇ ਇਹ ਹੁੰਦਾ ਅਸੀਂ ਦੂਸਰਿਆਂ ਨੂੰ ਬਲੇਮ ਵੀ ਕਰਦੇ ਹੈਗੇ ਕਿ ਉਹ ਫਲਾਣੇ ਵਿਅਕਤੀ ਨੇ ਇਸ ਤਰ੍ਹਾਂ ਕੀਤਾ ਤਾਂ ਮੈਨੂੰ ਤਕਲੀਫ ਹੋਈ। ਬਲੇਮ ਫੈਕਟਰ ਜੋ ਮੈਨੂੰ ਲੱਗਦਾ ਹੈ ਬਹੁਤ ਵੱਡਾ ਫੈਕਟਰ ਹੈ, ਤਾਂ ਉਹ ਸੋਚਣ ਦੀ ਚੀਜ਼ ਹੈਗੀ। ਅਸੀਂ ਆਪਣੇ ਆਪ ਨੂੰ ਅੰਦਰ ਨਹੀਂ ਦੇਖਦੇ ਹੈਗੇ, ਅਸੀਂ ਓਬਜੈਕਟਿਵ ਨਹੀਂ ਹੁੰਦੇ ਹੈਗੇ, ਅਸੀਂ ਇੱਕ ਪ੍ਰੋਬਲਮ ਨੂੰ ਜਿਹੜੀ ਸਮੱਸਿਆ ਹੈਗੀ ਉਹਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹੈਗੇ। ਉਹ ਜਦੋਂ ਦੇਖਦੇ ਹੈਗੇ ਅਸੀਂ ਸੋਚਦੇ ਇਹ ਤਾਂ ਬਹੁਤ ਅੱਛਾ ਤਰੀਕਾ ਹੈਗਾ ਨਾ, ਦੂਸਰੇ 'ਤੇ ਇਹਦਾ ਰਿਸਪੋਂਸਿਬਿਲਿਟੀ ਦੂਸਰੇ 'ਤੇ ਟ੍ਰਾਂਸਫਰ ਕਰ ਦਿਓ, ਉਹ ਬੜਾ ਆਸਾਨ ਤਰੀਕਾ ਹੁੰਦਾ ਹੈ ਦੂਸਰਿਆਂ ਨੂੰ ਬਲੇਮ ਕਰ ਦੇਣਾ। ਹਾਂਜੀ, ਕਦੇ 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 ਹਸਬੈਂਡ ਵਾਈਫ 'ਤੇ ਲਾ ਦੇਗੀ, ਕਦੇ ਬੱਚਿਆਂ 'ਤੇ ਲਾ ਦੇਗੀ, ਬੱਚੇ ਦੇਰ ਨਾਲ ਆਏ, ਕਦੇ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਜੀ ਬਿਜਲੀ ਚਲੀ ਗਈ। ਇੱਕ ਬਹੁਤ ਹੀ ਕਾਮਨ ਚੀਜ਼ ਜੋ ਮੈਂ ਜ਼ਿਆਦਾਤਰ ਸੁਣਦੀ ਹਾਂ ਜਾਂ ਅਸੀਂ ਮੈਨੂੰ ਲੱਗਦਾ ਹੈ ਹਰ ਕਿਸੇ ਦੇ ਆਮ ਘਰ ਵੀ ਸੁਣਾਈ ਦਿੰਦਾ ਹੈ ਕਿ ਜਦੋਂ ਬੱਚਿਆਂ ਦੇ ਉੱਪਰ ਗੱਲ ਆਉਂਦੀ ਹੈ ਕਿ ਕੋਈ ਬੱਚਾ ਅਗਰ ਸੁਧਰ ਗਿਆ ਤਾਂ ਬਹੁਤ ਚੰਗੀ ਗੱਲ ਹੈ ਕਿ ਹਾਂ ਮੈਂ ਕੀਤਾ ਹੈ, ਲੇਕਿਨ ਅਗਰ ਬੱਚਾ ਵਿਗੜ ਗਿਆ ਹੈ ਤਾਂ ਮਾਂ ਪਿਓ ਆਪਸ 'ਚ ਹੀ ਇੱਕ ਦੂਜੇ 'ਚ ਨਹੀਂ ਤੇਰੀ ਗਲਤੀ ਕਰਕੇ ਹੋ ਗਿਆ, ਫਿਰ ਵਾਈਫ ਕਹਿੰਦੀ ਨਹੀਂ ਮੈਂ ਤਾਂ ਧਿਆਨ ਦੇ ਰਹੀ ਸਾਂ, ਤੁਸੀਂ ਕੰਮ 'ਚ ਲੱਗੇ ਹੋਏ ਸੀ। ਇਹ ਵੀ ਇੱਕ ਮੈਨੂੰ ਲੱਗਦਾ ਬਹੁਤ ਵੱਡਾ ਫੈਕਟਰ ਹੈ। ਮਤਲਬ ਉਹ ਇਸ ਤਰ੍ਹਾਂ, ਮਤਲਬ ਬੜਾ ਈਜ਼ੀ ਹੈਗਾ ਨਾ ਇੱਕ ਦੂਸਰੇ ਨੂੰ ਬਲੇਮ ਕਰਨਾ, ਪਰ ਅਸਲ 'ਚ ਇਹ ਹੈਗਾ ਕਿ ਜੇ ਅਸੀਂ ਜ਼ਿੰਮੇਵਾਰੀ ਲੈ ਲੈਂਦੇ ਹਾਂ ਫਿਰ ਬਲੇਮ ਨਹੀਂ ਲੈਣਗੇ। ਅਸੀਂ ਇਹ ਸੋਚੀਏ ਕਿ ਸਾਡੀ ਲਾਈਫ 'ਚ ਜੋ ਕੁਛ ਵੀ ਹੁੰਦਾ ਹੈਗਾ ਨਾ ਉਹਦੇ ਵਿੱਚ ਸਾਡੀ ਆਪਣੀ ਕੰਟਰੀਬਿਊਸ਼ਨ ਹੈਗੀ, ਸਾਡੀ ਆਪਣੀ ਜ਼ਿੰਮੇਵਾਰੀ ਹੈਗੀ। ਮੇਰੇ ਜੀਵਨ 'ਚ ਜੋ ਕੁਛ ਵੀ ਹੋ ਰਿਹਾ ਹੈਗਾ ਉਹਨੂੰ ਮੈਂ ਹੀ ਸੰਭਾਲਣਾ ਹੈਗਾ ਔਰ ਮੈਂ ਹੀ ਸਵਾਰਨਾ ਹੈਗਾ, ਹੋਰ ਕੋਈ ਨਹੀਂ ਉਹਨੂੰ ਸੰਵਾਰ ਸਕਦਾ। ਇਸੇ ਤਰ੍ਹਾਂ ਦਿਸ ਇਜ਼ ਜਸਟ ਟੇਕਿੰਗ ਚਾਰਜ ਆਫ ਯੂਅਰ ਲਾਈਫ, ਅਸੀਂ ਆਪਣੇ ਜੀਵਨ ਦੀ ਜ਼ਿੰਮੇਵਾਰੀ ਲੈ ਲਈ, ਅਸੀਂ ਜੋ ਕੁਛ ਵੀ ਕਰੀਏ ਉਹ ਸਾਡੇ ਕੋਲ ਵਾਪਸ ਆਉਣ ਵਾਲਾ ਹੈ। ਹੁਣ ਬੱਚੇ ਹੈਗੇ ਨੇ, ਬੱਚੇ ਤਾਂ ਬੱਚੇ ਹੁੰਦੇ ਨੇ, ਉਹਨਾਂ ਨੂੰ ਜਿਸ ਤਰ੍ਹਾਂ ਵੀ ਅਸੀਂ ਆਦਤਾਂ ਕੰਡੀਸ਼ਨ ਕਰਦੇ ਹੈਗੇ, ਜਿਸ ਤਰ੍ਹਾਂ ਵੀ ਉਹਨਾਂ ਦੇ ਜਿਹੜੀ ਉਹਨਾਂ ਦੀ ਧਾਰਨਾ ਅਸੀਂ ਢਾਲਦੇ ਹੈਗੇ, ਕੰਡੀਸ਼ਨਲ ਕਰ ਦਿੰਦੇ ਹਾਂ, ਚਾਹੇ ਉਹ ਉਹਨਾਂ ਦੀ ਪਰਫੋਰਮੈਂਸ ਦੇ ਰਿਲੇਟਿਡ ਹੁੰਦਾ,
ਚਾਹੇ ਉਹਨਾਂ ਦੇ ਬਿਹੇਵੀਅਰ ਦੇ ਰਿਲੇਟਡ ਹੁੰਦਾ, ਵਿਵਹਾਰ ਨੂੰ ਵੀ ਅਸੀਂ ਕੰਡੀਸ਼ਨ ਕਰਦੇ, ਤੁਸੀਂ ਇਹ ਕਰੋਗੇ ਤੁਹਾਨੂੰ ਇਹ ਮਿਲੇਗਾ, ਤੁਸੀਂ ਇਹ ਨਹੀਂ ਕਰੋਗੇ ਤਾਂ ਤੁਹਾਨੂੰ ਇਹ ਡਿਸਕਰੇਜਮੈਂਟ ਮਿਲੇਗੀ, ਇਸ ਤਰ੍ਹਾਂ ਅਸੀਂ ਕਹਿ ਦਿੰਦੇ। ਪਰ ਸਾਰਿਆਂ ਤੋਂ ਵੱਡੀ ਗੱਲ ਇਹ ਹੈਗੀ ਕਿ ਬੱਚਿਆਂ ਨੂੰ ਵੀ ਬੈਲੈਂਸ ਤਰੀਕੇ ਨਾਲ ਅਸੀਂ ਕਿਸ ਤਰ੍ਹਾਂ ਸੰਭਾਲਣਾ, ਉਹ ਵੀ ਪੇਰੈਂਟਸ ਦੀ ਅੱਜ ਕੱਲ੍ਹ ਕੋਚਿੰਗ ਹੁੰਦੀ ਹੈਗੀ, ਉਹਨਾਂ ਨੂੰ ਸਿਖਾਉਂਦੇ ਹੈਗੇ ਨੇ। ਪਰ ਮੈਂ ਸੋਚਦਾ ਕਿ ਜਿਹੜਾ ਨੈਚੁਰਲ ਤਰੀਕਾ ਹੈਗਾ, ਜਦੋਂ ਅਸੀਂ ਇਹ ਸੋਚਦੇ ਹਾਂ ਕਿ ਵੀ ਬੱਚੇ ਜਿਹੜੇ ਹੈਗੇ ਨੇ ਉਹਨਾਂ ਨੇ ਆਪਣੀ ਲਾਈਫ ਲੀਡ ਕਰਨੀ ਹੈਗੀ, ਦੇ ਨੋ ਵਾਟ ਇਜ਼ ਗੁੱਡ ਫੋਰ ਦੈਮ, ਪਰ ਗਾਈਡ ਕਰ ਸਕਦੇ ਹਾਂ ਅਸੀਂ ਉਹਨਾਂ ਨੂੰ, ਕੌਂਸਲ ਕਰ ਸਕਦੇ ਹਾਂ, ਬਟ ਅਸੀਂ ਉਹਨਾਂ ਦੇ ਵਾਸਤੇ ਜੀਵਨ ਤਾਂ ਨਹੀਂ ਜੀ ਸਕਦੇ, ਜੀਵਨ ਤਾਂ ਉਹਨਾਂ ਨੇ ਹੀ ਜੀਣਾ ਹੈਗਾ। ਅੱਛਾ, ਸਾਰਿਆਂ ਤੋਂ ਵੱਡੀ ਮੁਸ਼ਕਲ ਇਹ ਹੁੰਦੀ ਹੈਗੀ ਕਿ ਅਸੀਂ ਸੋਚਦੇ ਹਾਂ ਕਿ ਜੋ ਅਸੀਂ ਸੋਚ ਰਹੇ ਹੈਗੇ ਉਹੀ ਬੱਚੇ ਸੋਚਣ, ਪਰ ਬੱਚਿਆਂ ਦੀ ਅਪਬ੍ਰਿੰਗਿੰਗ ਬਹੁਤ ਵੱਡਾ ਫੈਕਟਰ ਹੈ, ਬੱਚਿਆਂ ਦੀ ਅਪਬ੍ਰਿੰਗਿੰਗ, ਉਹਨਾਂ ਦਾ ਜਿਹੜੀ ਕੰਪਨੀ ਹੈਗੀ, ਉਹਨਾਂ ਦਾ ਪੀਅਰ ਪ੍ਰੈਸ਼ਰ, ਉਹ ਜਿਸ ਤਰ੍ਹਾਂ ਦੀ ਕੰਮ ਪੜ੍ਹਾਈ ਪੜ੍ਹਦੇ ਹੈਗੇ ਨੇ, ਉਹਦੇ 'ਚ ਤਾਂ ਇਹ ਹੁੰਦਾ ਹੈਗਾ ਕਿ ਉਹਨਾਂ ਨੇ ਉਹ ਕਰਨਾ ਹੈਗਾ ਜੋ ਉਹਨਾਂ ਨੂੰ ਲੱਗਦਾ ਹੈ ਕਿ ਇਹ ਮੇਰੇ ਵਾਸਤੇ ਠੀਕ ਕਰਨਾ ਹੈ, ਜੋ ਉਹਨਾਂ ਨੂੰ ਲੱਗਦਾ ਹੈ ਕਿ ਦਿਸ ਇਜ਼ ਰਾਈਟ ਫਾਰ ਮੀ, ਠੀਕ ਹੈਗਾ। ਅਤੇ ਬਹੁਤ ਜ਼ਰੂਰੀ ਹੈਗਾ ਕਿ ਸਾਨੂੰ ਓਬਜੈਕਟਿਵ ਹੋਣ ਦੀ ਲੋੜ ਹੈਗੀ, ਇੱਕ ਦੇਖਣਾ ਇਹ ਹੈਗਾ ਕਿ ਵਾਟ ਇਜ਼ ਰਾਈਟ, ਅਸੀਂ ਆਪਣੇ ਆਪ ਨਾਲ ਨਹੀਂ ਉਹਨੂੰ ਢਾਲਣ ਦੀ ਕੋਸ਼ਿਸ਼ ਕਰੀਏ, ਜਦੋਂ ਆਪਣੇ ਸਰੂਪ 'ਚ ਢਾਲਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਥੋੜ੍ਹੀ ਜਿਹੀ ਤਕਲੀਫ ਹੁੰਦੀ ਹੈਗੀ, ਜੇ ਤਾਂ ਬੱਚੇ ਸਾਡੇ ਹਿਸਾਬ ਨਾਲ ਚੱਲਦੇ ਹੈਗੇ ਵੀ ਫੀਲ ਵੈਰੀ ਗੁੱਡ, ਸਾਨੂੰ ਖੁਸ਼ੀ ਵੀ ਹੁੰਦੀ ਹੈਗੀ, ਜੇ ਬੱਚੇ ਨਹੀਂ ਚੱਲਦੇ ਹੈਗੇ ਫਿਰ ਅਸੀਂ ਪਰੇਸ਼ਾਨ ਹੁੰਦੇ ਹਾਂ, ਫਰਸਟ੍ਰੇਸ਼ਨ ਵੀ ਹੁੰਦੀ, ਮੇਰਾ ਨਹੀਂ ਸੁਣ ਰਿਹਾ, ਫਰਸਟ੍ਰੇਸ਼ਨ ਵੀ ਹੁੰਦੀ ਹੈਗੀ, ਹੁਣ ਤਾਂ ਇਹ ਹੱਥੋਂ ਨਿਕਲਦੇ ਜਾ ਰਹੇ ਹੈ, ਇਹ ਸਭ ਕੁਝ ਵੀ ਫੀਲਿੰਗ ਹੋ ਸਕਦੀ ਹੈਗੀ। ਪਰ ਇਹ ਦੇਖਿਆ ਗਿਆ ਹੈਗਾ ਬੱਚਿਆਂ ਨੂੰ ਵੀ ਇੰਡੀਪੈਂਡੈਂਸ ਚਾਹੀਦੀ ਹੈਗੀ, ਉਹਨਾਂ ਨੂੰ ਮੈਚੋਰ ਹੋਣ ਵਾਸਤੇ, ਉਹਨਾਂ ਦੇ ਵਿਅਕਤੀਤਵ ਦੇ ਵਿਕਾਸ ਵਾਸਤੇ ਇਹ ਜ਼ਰੂਰੀ ਹੈਗਾ ਕਿ ਉਹਨਾਂ ਦੀ ਅਪਬ੍ਰਿੰਗਿੰਗ ਵਿੱਚ ਦੋਨਾਂ ਦਾ ਬੈਲੈਂਸ ਹੋਏ, ਪ੍ਰੇਮ ਦਾ ਵੀ ਤੇ ਅਸੂਲਾ ਦਾ ਵੀ। ਅਸੂਲਾ ਦਾ ਵੀ, ਪਰ ਡਾਕਟਰ ਸਾਹਿਬ ਬਹੁਤ ਵਾਰ ਇਹ ਵੀ ਦੇਖਿਆ ਜਾਂਦਾ ਹੈ ਕਿ ਜ਼ਿਆਦਾ ਅਗਰ ਬੱਚਿਆਂ ਨੂੰ ਤੁਸੀਂ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ ਤਾਂ ਫਿਰ ਉਹਨਾਂ ਦਾ ਝੂਠ ਬੋਲਣਾ, ਇਹ ਸਭ ਚੀਜ਼ਾਂ ਵੱਧ ਜਾਂਦੀਆਂ ਹੈ। ਅਤੇ ਇਹ ਕੰਟਰੋਲਿੰਗ ਪਾਵਰ ਬੱਚਿਆਂ 'ਤੇ ਨਾ ਰਹੇ ਫਿਰ ਵੀ ਬੱਚੇ ਸਾਡੀ ਸੁਣਨ, ਉਹਦੇ ਲਈ ਕੀ ਸਟੈਪਸ ਚੁੱਕਣੇ ਚਾਹੀਦੇ? ਉਹ ਕੰਸੀਕੁਐਂਸਿਸ ਜੇ ਉਹਨਾਂ ਨੂੰ ਪਤਾ ਹੋਣਗੇ ਤੇ ਦੈਨ ਉਹਨਾਂ ਨੂੰ ਵੀ ਪਤਾ ਹੋਏਗਾ ਕਿ ਮੈਂ ਜੋ ਕਰ ਰਹੇ ਹਾਂ। ਫੋਰ ਐਗਜ਼ਾਮਪਲ, ਮਸਲਾ ਅਸੀਂ ਕਦੇ ਕਦੇ ਬੱਚਿਆਂ ਨੂੰ ਇਨਕਰੇਜ ਕਰਨ ਵਾਸਤੇ ਇਹ ਕਹਿੰਦੇ, ਅੱਛਾ ਠੀਕ ਹੈ ਬਈ, ਅੱਜ ਕੱਲ੍ਹ ਅਸੀਂ ਰੋਜ਼ ਪੜ੍ਹਦੇ ਰਹਿੰਦੇ ਕਿ ਕੋਈ 14 ਸਾਲ ਦਾ ਬੱਚਾ ਸੀ, ਉਹਨੇ ਕਾਰ ਰੈਸ਼ ਚਲਾਈ ਅਤੇ ਐਕਸੀਡੈਂਟ ਹੋ ਗਿਆ, ਕੋਈ ਮੋਟਰ ਬਾਈਕ ਚਲਾਉਣ ਦੀ ਕੋਸ਼ਿਸ਼ ਕਰਦੇ, ਅਤੇ ਕਹਿਣ ਦਾ ਮਤਲਬ ਇਹ ਹੈਗਾ ਉੱਥੇ ਡਿਸਿਪਲਿਨ ਦੀ ਲੋੜ ਹੈਗੀ, ਉੱਥੇ ਸਾਨੂੰ ਫਰਮ ਰਹਿਣ ਦੀ ਲੋੜ ਹੈਗੀ, ਪਰ ਕਿਤੇ ਅਸੀਂ ਉਹਨਾਂ ਨੂੰ ਬੱਚਿਆਂ ਨੂੰ ਇੰਡੀਪੈਂਡੈਂਸ ਵੀ ਦੇਣ ਦੀ ਲੋੜ ਹੈਗੀ, ਚਾਹੇ ਉਹ ਸਪੋਰਟਸ 'ਚ ਹੈਗਾ ਜਾਂ ਪੜ੍ਹਾਈ 'ਚ ਹੈਗਾ, ਜਾਂ ਉਹਨਾਂ ਨੂੰ ਸਪੋਜ਼ ਉਹ ਬਾਹਰ ਜਾਣਾ ਚਾਹੁੰਦੇ ਹੈਗੇ, ਐਡਵੈਂਚਰ ਸਪੋਰਟਸ ਜਾਣਾ ਚਾਹੁੰਦੇ, ਕਿਸੇ ਕੋਚ ਦੀ ਗਾਈਡੈਂਸ 'ਚ ਜਾਣਾ ਚਾਹੁੰਦੇ, ਉੱਥੇ ਇਨਕਰੇਜ ਕਰ ਸਕਦੇ। ਪਰ ਇਸ ਤਰ੍ਹਾਂ ਦੀ ਚੀਜ਼ ਜਿੱਥੇ ਪਬਲਿਕ ਵਿੱਚ ਉਹ ਚਲੇ ਜਾਂਦੇ ਹਨ, ਪਬਲਿਕ ਵਿੱਚ ਜਾ ਕੇ ਉਹ ਨੁਕਸਾਨ ਹੋ ਸਕਦਾ ਹੈਗਾ, ਦੂਸਰੇ ਨੂੰ ਤਕਲੀਫ ਹੋ ਸਕਦੀ ਹੈ, ਉਹ ਸੋਚਣ ਦੀ ਗੱਲ ਹੈਗੀ। ਪਰ ਇੱਕ ਜਿੱਥੇ ਡਰ ਫੈਕਟਰ ਆ ਜਾਂਦਾ ਹੈ, ਜਿਹਨੂੰ ਆਪਾਂ ਫੀਅਰ ਫੈਕਟਰ ਵੀ ਕਹਿੰਦੇ ਹਾਂ, ਇਹ ਜਦੋਂ ਡਰ ਆ ਜਾਂਦਾ ਹੈ, ਆਈ ਥਿੰਕ ਉਦੋਂ ਵੀ ਥੋੜ੍ਹਾ ਜਿਹਾ ਖੁਸ਼ੀ ਦਾ ਡਰ ਨਾਲ, ਤਾਂ ਇਹ ਤਾਂ ਮਤਲਬ ਅਨਸਰਟਨਟੀ ਹੋ ਜਾਂਦੀ ਹੈ ਨਾ ਡਰ 'ਚ ਕਿ ਕੀ ਰਿਐਕਸ਼ਨ ਹੋਏਗਾ, ਪੇਰੈਂਟਸ ਦਾ ਕੀ ਰਿਐਕਸ਼ਨ ਹੋਏਗਾ, ਕੀ ਰਿਐਕਸ਼ਨ, ਉਹਨਾਂ ਨੂੰ ਮਤਲਬ ਉਹ ਡਰ ਰਹਿੰਦਾ ਹੈਗਾ। ਸੋ ਰਿਐਕਸ਼ਨ ਦੇ ਡਰ ਦੇ ਕਾਰਨ ਉਸ ਜਿਹੜੀ ਸੱਚਾਈ ਹੈ ਉਹ ਨਹੀਂ ਸਾਫ਼ ਰੱਖਦੇ ਹੈਗੇ। ਪਰ ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹ ਕਿ ਡਰ ਹੋਣਾ ਜ਼ਰੂਰੀ ਹੈ ਕਿ ਡਰ ਨਹੀਂ ਹੋਣਾ ਚਾਹੀਦਾ? ਨਹੀਂ, ਮੇਰੇ ਹਿਸਾਬ ਨਾਲ ਤਾਂ ਡਰ ਨਹੀਂ ਹੋਣਾ ਚਾਹੀਦਾ ਹੈਗਾ, ਰਾਦਰ ਦੀ ਬੱਚਿਆਂ ਨੂੰ ਇਹ ਵਿਸ਼ਵਾਸ ਹੋਏ ਕਿ ਜੇ ਅਸੀਂ ਮਾਂ ਬਾਪ ਨੂੰ ਸੱਚ ਦੱਸਾਂਗੇ ਤਾਂ ਉਹ ਸਾਨੂੰ ਠੀਕ ਰਸਤਾ ਦੱਸਣਗੇ, ਇਨਕਰੇਜ ਕਰਨਗੇ ਕਿ ਅਸੀਂ ਕਰੈਕਟ ਕਿਸ ਤਰ੍ਹਾਂ ਕਰੀਏ। ਜੇ ਸਪੋਜ਼ ਮੈਂ ਗੱਲ ਕਰਾਂਗੀ ਸਾਡੇ ਆਪਣੇ ਬਿਲੀਫ ਸਿਸਟਮ ਦੀ, ਜੋ ਸਾਡੀ ਮਾਨਤਾਵਾਂ ਬਣੀਆਂ ਹੋਈਆਂ ਨੇ, ਕਿ ਜਦੋਂ ਤੱਕ ਬੱਚੇ ਦੇ ਮਨ 'ਚ ਡਰ ਨਹੀਂ ਹੋਏਗਾ ਉਦੋਂ ਤੱਕ ਉਹ ਸਹੀ ਦਿਸ਼ਾ 'ਤੇ ਨਹੀਂ ਜਾ ਸਕਦਾ ਹੈ। ਇਹ ਜੋ ਬਿਲੀਫ ਸਿਸਟਮ ਜੋ ਬਣੇ ਹੋਏ ਹੈ ਗੁੱਸੇ ਨੂੰ ਲੈ ਕੇ, ਡਰ ਨੂੰ ਲੈ ਕੇ, ਇਹਨਾਂ ਨੂੰ ਫਿਰ ਕਿਵੇਂ ਆਪਾਂ ਕਰੀਏ? ਨਹੀਂ, ਉਹ ਡਰ ਦਾ ਵੀ ਕੀ ਲਿਮਿਟ ਹੋ ਸਕਦੀ ਹੈ? ਹੁਣ ਡਰਾਉਣ ਵਾਸਤੇ ਉਹ ਜਿਸ ਤਰ੍ਹਾਂ ਕੋਈ
ਜ਼ੋਰ ਨਾਲ ਬੋਲ ਸਕਦਾ ਹੈ, ਕੋਈ ਥੱਪੜ ਵੀ ਲਾ ਸਕਦਾ ਹੈਗਾ, ਕੋਈ ਹੋਰ ਵੀ ਡੈਮੇਜ ਕਰ ਸਕਦਾ, ਪਰ ਡਰਾਉਣ ਵਾਸਤੇ ਇੰਨਾ ਹੀ ਕਹਿਣਾ ਅੱਖ ਦਿਖਾਣੀ ਕਾਫੀ ਹੁੰਦੀ ਹੈ, ਬੱਚਿਆਂ ਨੂੰ ਪਤਾ ਲੱਗ ਜਾਏ ਕਿ ਬਈ ਨਾ ਉਹ ਪੇਰੈਂਟਸ ਆਰ ਸੀਰੀਅਸ, ਕਿ ਹੁਣ ਮਾਂ ਬਾਪ ਸੀਰੀਅਸ ਹੈਗੇ, ਇੰਨਾ ਕਾਫੀ ਹੁੰਦਾ ਕਿ ਅੱਖ ਦਿਖਾ ਤੀ ਤੇ ਬੱਚੇ ਸਮਝ ਜਾਣ ਕਿ ਹੁਣ ਇਹ ਮੇਰੇ ਵਾਸਤੇ ਠੀਕ ਨਹੀਂ ਹੈਗਾ, ਇਸ ਤਰ੍ਹਾਂ ਦੀ ਟ੍ਰੇਨਿੰਗ ਹੋਣੀ ਚਾਹੀਦੀ। ਹਾਂ, ਇਹ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਪਰ ਮੈਨੂੰ ਲੱਗਦਾ ਪੰਜਾਬ 'ਚ, ਜੇ ਪੰਜਾਬ ਦੀ ਮੈਂ ਗੱਲ ਕਰਾਂ ਤੇ ਇੱਥੇ ਹਰ ਇੱਕ ਬੱਚਾ ਮੈਨੂੰ ਲੱਗਦਾ ਜਦੋਂ ਤੱਕ ਮਾਂ ਦਾ ਸੋਟਾ ਨਹੀਂ ਪੈਂਦਾ ਉਦੋਂ ਤੱਕ ਸੁਧਰਦੇ ਵੀ ਨਹੀਂ। ਪੁਰਾਣੀ ਧਾਰਨਾ ਹੈਗੀ ਮਤਲਬ, ਪਰ ਉਹਦੇ 'ਚ ਇਹ ਹੁੰਦਾ ਸੀ, ਹੁਣ ਜਿਸ ਤਰ੍ਹਾਂ ਅਸੀਂ ਆਪਣੇ ਟੀਚਰਸ ਕੋਲ ਪੜ੍ਹੇ ਸੀ, ਮਾਰ ਵੀ ਪੈਂਦੀ ਸੀਗੀ, ਲੇਕਿਨ ਸਾਨੂੰ ਇੱਕ ਮਾਈਂਡ 'ਚ ਬਿਲੀਫ ਸੀਗਾ ਕਿ ਜੋ ਕੁਛ ਵੀ ਕਰ ਰਹੇ ਉਹ ਸਾਡੇ ਇੰਟਰਸਟ ਕਰ ਰਹੇ, ਸਾਡੇ ਫਾਇਦੇ ਲਈ ਕਰ ਰਹੇ, ਹਾਂ ਸਾਡੇ ਫਾਇਦੇ ਲਈ ਕਰ। ਪਰ ਹੁਣ ਸਪੋਜ਼ ਤੁਹਾਡਾ ਪੜ੍ਹਾਈ 'ਚ ਇੰਟਰਸਟ ਹੀ ਨਹੀਂ ਹੈਗਾ, ਤੁਹਾਨੂੰ ਪੜ੍ਹਾਈ ਲੱਗਦੀ ਬੋਰਡਮ ਹੈਗੀ, ਤੁਸੀਂ ਪੜ੍ਹਨਾ ਹੀ ਨਹੀਂ ਚਾਹੁੰਦੇ, ਫਿਰ ਤੇ ਅਗਰ ਟੀਚਰ ਤੁਹਾਨੂੰ ਫੋਰਸ ਕਰੇਗਾ ਤਾਂ ਤੁਸੀਂ ਰੈਬਲ ਕਰੋਗੇ, ਤੁਸੀਂ ਤੁਹਾਡਾ ਮਨ ਜਿਹੜਾ ਹੈਗਾ ਨਾ ਉਹਦੇ ਵਿਪਰੀਤ ਜਾਏਗਾ। ਉਹ ਚੀਜ਼ ਜਦੋਂ ਹੁੰਦੀ, ਜਦੋਂ ਵਿਸ਼ਵਾਸ ਨਹੀਂ ਹੁੰਦਾ ਨਾ, ਵਿਸ਼ਵਾਸ ਵੀ ਤਾਂ ਚਾਹੀਦਾ ਹੈ ਨਾ ਪੇਰੈਂਟਸ ਤੇ ਟੀਚਰਸ ਤੇ ਬੱਚਿਆਂ ਦੇ ਵਿਚਕਾਰ, ਜੋ ਵੀ ਉਹ ਵਿਸ਼ਵਾਸ ਜਿੰਨੇ ਤੱਕ ਨਹੀਂ ਹੋਏਗਾ, ਇੱਕ ਧਾਰਨਾ ਹੋਏਗੀ ਕਿ ਜੋ ਟੀਚਰ ਮੈਨੂੰ ਕਹਿ ਰਿਹਾ ਹੈ, ਜੋ ਮਾਸਟਰ ਜੀ ਕਹਿ ਰਹੇ ਹੈਗੇ ਨੇ, ਉਹ ਮੇਰੇ ਇੰਟਰਸਟ 'ਚ ਕਹਿ ਰਹੇ ਨੇ, ਪੇਰੈਂਟਸ ਵੀ ਜੋ ਕੁਛ ਵੀ ਕਹਿ ਰਹੇ ਨੇ ਉਹ ਮੇਰੇ ਇੰਟਰਸਟ 'ਚ ਹੈਗਾ, ਕਿਉਂਕਿ ਉਹਦੇ ਵਾਸਤੇ ਇਹ ਜ਼ਰੂਰੀ ਹੈਗਾ ਕਿ ਕਮਿਊਨੀਕੇਸ਼ਨ ਗੈਪ ਨਹੀਂ ਹੋਣਾ ਚਾਹੀਦਾ ਹੈਗਾ। ਹਾਂਜੀ। ਅੱਛਾ, ਹੁਣ ਜਿਸ ਤਰ੍ਹਾਂ ਅੱਜ ਕੱਲ੍ਹ ਟੀਚਰ ਜਿਹੜੇ ਹੈਗੇ ਨੇ ਉਹ ਵੀ ਸੋਚਦੇ ਹੈਗੇ ਸਾਡੀ ਡਿਊਟੀ ਥੋੜ੍ਹੀ ਹੈਗੀ, ਸਾਡੀ ਰਿਸਪੋਂਸੀਬਿਲਿਟੀ ਥੋੜ੍ਹੀ ਹੈਗੀ, ਬੱਚੇ ਜੋ ਵੀ ਕਰਦੇ, ਪੇਰੈਂਟਸ ਵੀ ਅਗਰ ਇਸੇ ਤਰ੍ਹਾਂ ਸਮਝ ਲੈ ਕਿ ਬਈ ਅਸੀਂ ਤਾਂ ਆਪਣੀ ਰਿਸਪੋਂਸੀਬਿਲਿਟੀ ਪੂਰੀ ਕਰਤੀ, ਤਾਂ ਉਸ ਕਰਕੇ ਉਹ ਲਿਮਿਟਿਡ ਨਹੀਂ ਹੈਗਾ। ਹੁਣ ਉਹਦੇ 'ਚ ਬੱਚੇ ਦੀ ਅਪਬ੍ਰਿੰਗਿੰਗ ਦਾ ਫਰਕ ਪੈਂਦਾ ਹੈਗਾ, ਅਸੀਂ ਬੱਚੇ ਨੂੰ ਕਿਸ ਤਰ੍ਹਾਂ ਅਪਬ੍ਰਿੰਗਿੰਗ ਦਿੱਤੀ ਹੈ, ਸਪੋਰਟ ਦਿੱਤੀ ਹੈਗੀ, ਗਾਈਡੈਂਸ ਦਿੱਤੀ ਹੈਗੀ, ਉਹਦੇ 'ਚ ਬਹੁਤ ਫਰਕ ਪੈਂਦਾ। ਤਾਂ ਜਦੋਂ ਟਾਈਮਸ ਆਫ ਡਿਫੀਕਲਟੀ ਵਿੱਚ ਬੱਚੇ ਨੂੰ ਪਤਾ ਹੈਗਾ ਕਿ ਉਹ ਮਦਰ ਕੋਲ ਜਾਏਗਾ ਤੇ ਮਦਰ ਉਹਨੂੰ ਪ੍ਰੋਟੈਕਟ ਕਰੇਗੀ, ਮਦਰ ਉਹਨੂੰ ਗਾਈਡ ਕਰੇਗੀ, ਮਦਰ ਉਹਨੂੰ ਸਪੋਰਟ ਵੀ ਕਰੇਗੀ, ਤਾਂ ਉਹਦੇ ਤੇ ਫਿਰ ਉਹ ਇੱਕ ਕਮਿਊਨੀਕੇਸ਼ਨ ਬਣ ਜਾਂਦੀ ਹੈ। ਉਹਦੇ ਪਿੱਛੇ ਵੀ ਕੁਝ ਅੱਛਾ ਹੀ ਛੁਪਿਆ ਹੋਇਆ। ਮਤਲਬ ਹੁਣ ਪੇਰੈਂਟਸ ਜਿੰਨਾ ਵੀ ਸ਼ੋਰ ਪਾ ਲੈਣ, ਜਿੰਨਾ ਵੀ ਬੱਚੇ ਨੂੰ ਸਮਝਾ ਲੈਣ, ਪਰ ਅਗਰ ਬੱਚੇ ਦੇ ਮਨ ਚ ਹੈਗਾ ਕਿ ਮੇਰੇ ਫਾਦਰ ਹੈਗੇ, ਪਿਤਾ ਜੀ ਹੈਗੇ ਨੇ, ਬਾਪੂ ਜੀ ਹੈਗੇ ਨੇ, ਇਹ ਬਾਪੂ ਜੀ ਜੋ ਕੁਛ ਵੀ ਕਹਿ ਰਹੇ ਮੇਰੇ ਇੰਟਰਸਟ 'ਚ ਕਹਿ ਰਹੇ ਨੇ, ਇਹ ਇੱਕ ਲਿੰਕ ਬਣਿਆ ਰਹਿਣਾ ਚਾਹੀਦਾ। ਜੇ ਵਿਸ਼ਵਾਸ ਨਹੀਂ ਹੋਏਗਾ, ਜੇ ਪੇਰੈਂਟਸ ਨੇ ਕਦੇ ਬੱਚੇ ਨਾਲ ਟਾਈਮ ਹੀ ਸਪੈਂਡ ਨਹੀਂ ਕੀਤਾ ਹੈਗਾ, ਉਹ ਆਪਣੀ ਪਾਰਟੀ ਵਿੱਚ ਜਾਂ ਆਪਣੇ ਵਿਵਸਾਏ 'ਚ ਆਪਣੇ ਪ੍ਰੋਫੈਸ਼ਨ 'ਚ ਇੰਨੇ ਬਿਜ਼ੀ ਹੈਗੇ, ਉਹਨਾਂ ਨੂੰ ਕਦੇ ਬੱਚਿਆਂ ਨਾਲ ਟਾਈਮ ਸਪੈਂਡ ਕਰਨ ਦਾ ਮੌਕਾ ਹੀ ਨਹੀਂ ਮਿਲਿਆ, ਫਿਰ ਕੀ ਹੋ। ਅੱਜ ਕੱਲ੍ਹ ਜੋ ਹੈ ਨਾ ਸੋਸ਼ਲਾਈਜੇਸ਼ਨ ਵੀ ਇੰਨਾ ਵੱਧਦਾ ਜਾ ਰਿਹਾ ਹੈ ਕਿ ਪੇਰੈਂਟਸ ਵੀ ਬਿਜ਼ੀ ਹੋ ਜਾਂਦੇ, ਹੁਣ ਕੰਮ ਤੋਂ ਥੱਕ ਕੇ ਆਏ ਹੈ ਤੇ ਬੱਚਿਆਂ ਨੂੰ ਟਾਈਮ ਦੇਣ ਕੇ ਬਾਹਰ ਜਾਣ ਪਾਰਟੀਜ਼ ਨਹੀਂ। ਉਹ ਦੇਖੀ ਹੁਣ ਬੈਲੈਂਸ ਤਾਂ ਕਰਨਾ ਪਏਗਾ, ਜਿਹੜੀ ਚੀਜ਼ਾਂ 'ਚੋਂ ਹੁਣ ਬੱਚੇ ਪੇਰੈਂਟਸ ਵੀ ਆਪਣਾ ਸਟ੍ਰੈਸ ਜਿਹੜਾ ਵੀ ਹੁੰਦਾ, ਚਾਹੇ ਉਹ ਘਰ ਦਾ ਹੈਗਾ ਜਾਂ ਉਹਨਾਂ ਨੂੰ ਆਪਣੇ ਜੋਬ ਦਾ ਸਟ੍ਰੈਸ ਹੈਗਾ, ਉਹ ਸਟ੍ਰੈਸ ਵਾਸਤੇ ਰਿਲੈਕਸ ਹੋਣ ਵਾਸਤੇ ਉਹ ਸੋਸ਼ਲਾਈਜ਼ ਕਰਦੇ ਹੈਗੇ, ਪਰ ਉਹਨਾਂ ਨੂੰ ਇਹ ਦੇਖਣਾ ਕਿ ਐਟ ਦੀ ਐਂਡ ਆਫ ਦਾ ਡੇ, ਦਿਨ ਦੇ ਆਖਰੀ ਸਮੇਂ 'ਚ ਉਹਨਾਂ ਨੂੰ ਇਹ ਲੱਗਦਾ ਹੈਗਾ ਕਿ ਉਹ ਜੋ ਕੁਛ ਕਰਕੇ ਆਇਆ ਉਹਦੇ ਨਾਲ ਰਿਲੈਕਸ ਹੁੰਦੇ, ਉੱਥੇ ਜਾ ਕੇ ਕੀ ਹੁੰਦਾ ਹੈਗਾ ਹੋਰ, ਮਤਲਬ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਹੈਗੀਆਂ ਨੇ, ਇੱਕ ਦੂਸਰੇ ਦੇ ਕ੍ਰਿਟਿਸਿਜ਼ਮ, ਇੱਕ ਦੂਸਰੇ ਦੀ ਕਮੀਆਂ ਡਿਸਕਸ ਹੋਣਗੀਆਂ, ਉਹ ਪਾਰਟੀ ਵਿੱਚ ਤਾਂ ਇਹੀ ਹੁੰਦਾ ਹੈਗਾ, ਤਾਂ ਉਹਦੇ ਨਾਲ ਕੀ ਹੁੰਦਾ, ਤੁਸੀਂ ਹੋਰ ਨੈਗੇਟਿਵਿਟੀ ਲੈ ਕੇ ਘਰ ਆਉਂਦੇ, ਹਾਂਜੀ, ਕੰਪੈਰੀਜ਼ਨ ਹੋ ਜਾਂਦਾ ਉਹਦਾ ਘਰ ਕਿਸ ਤਰ੍ਹਾਂ ਦਾ ਹੈਗਾ, ਉਹਦੇ ਘਰ 'ਚ ਇਹ ਹੈਗਾ, ਕੰਪੈਰੀਜ਼ਨ ਵੀ ਆ ਜਾਂਦਾ, ਆਪਾਂ ਇੱਕ ਦੂਜੇ ਨਾਲ ਕੰਪੇਅਰ ਕਰਨ ਲੱਗ ਜਾਂਦੇ ਹਾਂ ਬਈ ਉਹ ਮੇਰੇ ਨਾਲੋਂ ਜ਼ਿਆਦਾ ਅੱਛਾ ਹੈ, ਜਾਂ ਜਿੱਥੇ ਕੰਪੀਟੀਸ਼ਨ ਦੀ ਵੀ ਭਾਵਨਾ ਆ ਜਾਂਦੀ ਹੈ ਉੱਥੇ ਵੀ ਇਹ ਖੁਸ਼ੀ ਦੀ ਜੋ ਘੱਟ ਹੋਣ ਦੀ ਗੁੰਜਾਇਸ਼ ਹੈ ਉਹ ਵੱਧ ਜਾਂਦੀ ਹੈ। ਬਿਲਕੁਲ ਰਾਈਟ ਕਿਹਾ ਕਿ ਕੰਪੈਰੀਜ਼ਨ ਇਹੋ ਜਿਹੀ ਬਿਮਾਰੀ ਹੈਗੀ ਕਿ ਪੇਰੈਂਟਸ ਵੀ ਕੰਪੇਅਰ ਕਰਦੇ ਹੈਗੇ, ਦੇਖੋ ਉਹ ਫਲਾਣੇ ਦਾ ਬੱਚਾ ਇੰਨਾ ਇੰਨੇ ਅੱਛੇ ਮਾਰਕਸ ਲੈ ਕੇ ਆ ਰਿਹਾ ਹੈ, ਤੁਸੀਂ ਨਹੀਂ ਲੈ ਕੇ ਆਏ, ਫਿਰ ਉਹਦਾ ਦੇਖੋ ਕਿਸ ਤਰ੍ਹਾਂ ਜਦੋਂ ਰਿਸਪੈਕਟ ਕਰਦਾ ਹੈਗਾ ਆਪਣੇ ਪੇਰੈਂਟਸ, ਮਤਲਬ ਕੁਛ ਵੀ ਕੰਪੇਅਰ ਕਰਨਾ ਸ਼ੁਰੂ ਕਰਦੇ ਨੇ, ਚਾਹੇ ਉਹ ਡਰੈਸ ਦੇ ਬਾਰੇ ਹੋਏ, ਚਾਹੇ ਬਿਹੇਵੀਅਰ ਦੇ ਬਾਰੇ ਹੋਏ, ਚਾਹੇ ਪੜ੍ਹਾਈ ਦੇ ਬਾਰੇ ਹੋਏ, ਅਕੈਡਮੀ ਕੰਪੈਰੀਜ਼ਨ ਨਾਲ ਇਹ ਹੁੰਦਾ ਕਿ ਬੱਚੇ ਦੇ ਵਿੱਚ ਇਨਫੇਰੀਟੀ ਕੰਪਲੈਕਸ ਆ ਜਾਂਦਾ ਹੈ, ਉਦੋਂ ਵੀ ਉਹ ਰੈਬਲ ਕਰੇਗਾ, ਫਿਰ ਉਹ ਵਿਦਡਰਾਅ ਕਰ ਲੇਗਾ, ਬੱਚਾ ਆਪਣੇ ਆਪ ਨੂੰ ਅਲੱਗ ਕਰ ਲੇਗਾ, ਆਈਸੋਲੇਟ ਕਰ ਲੇਗਾ,
ਉਹ ਕਮਿਊਨੀਕੇਟ ਹੀ ਕਰਨਾ ਬੰਦ ਕਰ ਦੇਗਾ। ਹਾਂ, ਕਮਿਊਨੀਕੇਸ਼ਨ ਬਹੁਤ ਜ਼ਰੂਰੀ ਹੈ। ਮਤਲਬ ਬੇਸਿਕਲੀ ਹੋਣਾ ਇਹ ਚਾਹੀਦਾ ਹੈਗਾ ਸਾਰਿਆਂ ਤੋਂ ਵੱਡੀ ਚੀਜ਼ ਦੇ ਲਾਈਫ 'ਚ, ਕਿਸੇ ਵੀ ਸਰਕਲ 'ਚ ਟਰੱਸਟ ਹੋਣਾ ਚਾਹੀਦਾ, ਵਿਸ਼ਵਾਸ ਹੋਣਾ ਚਾਹੀਦਾ। ਕਿਸੇ ਵੀ ਸੰਬੰਧ ਦੀ ਆਧਾਰ ਜਿਹੜੇ ਹੈਗਾ ਵਿਸ਼ਵਾਸ ਹੈਗਾ। ਜਿੱਥੇ ਵਿਸ਼ਵਾਸ ਚਾਹੇ ਬੱਚਿਆਂ ਅਤੇ ਮਾਂ ਬਾਪ 'ਚ ਹੈਗਾ ਜਾਂ ਮਾਂ ਬਾਪ ਦਾ ਆਪਣਾ, ਜਿੱਥੇ ਵਿਸ਼ਵਾਸ ਖਤਮ ਹੋਏਗਾ ਉੱਥੇ ਮੁਸ਼ਕਿਲਾਂ ਕ੍ਰੀਏਟ ਹੋ ਜਾਣਗੀਆਂ, ਮੁਸ਼ਕਿਲਾਂ ਕ੍ਰੀਏਟ ਹੋਣਗੀਆਂ। ਔਰ ਉਹਦੇ ਜਦੋਂ ਮੁਸ਼ਕਿਲ ਕ੍ਰੀਏਟ ਹੁੰਦੀ ਹੈਗੀ ਫਿਰ ਅਸੀਂ ਸੋਚਦੇ ਇਹ ਕਿਉਂ ਹੋ ਰਿਹਾ, ਫਿਰ ਮਾਈਂਡ 'ਚ ਕੁਐਸਚਨ ਮਾਰਕ ਆ ਜਾਂਦੇ, ਵਾਈ ਮੀ, ਮੇਰੇ ਨਾਲ ਹੀ ਇਹ ਕਿਉਂ ਹੋ ਰਿਹਾ, ਮੇਰੇ ਤੋਂ ਇਹ ਪ੍ਰੋਬਲਮਸ ਕਿਉਂ ਆ ਰਹੀ ਹੈਗੀ। ਜਦੋਂ ਇਸ ਤਰ੍ਹਾਂ ਦਾ ਵਿਸ਼ਵਾਸ ਹੁੰਦਾ ਹੈਗਾ ਉਦੋਂ ਇਹ ਲੱਗਦਾ ਹੈਗਾ, ਦੈਨ ਵੀ ਸਟਾਰਟ ਕੁਐਸਚਨਿੰਗ ਆਵਰ ਸੈਲਸ, ਉਦੋਂ ਦਿੱਕਤਾਂ ਆਉਣੀਆਂ ਸ਼ੁਰੂ ਹੁੰਦੀ, ਫਿਰ ਉਹ ਖੁਸ਼ ਕਿਸ ਤਰ੍ਹਾਂ ਰਹੇਗਾ ਬੰਦਾ, ਖੁਸ਼ ਕਿਸ ਤਰ੍ਹਾਂ ਰਹੇਗਾ। ਇਸ ਕਰਕੇ ਸਾਰਿਆਂ ਤੋਂ ਵੱਡੀ ਚੀਜ਼ ਹੈ ਭਰੋਸਾ ਬਣਾਉਣ ਦੀ ਹੈਗੀ। ਕੋਈ ਵੀ ਸੰਬੰਧ ਹੈਗਾ ਉਹਦੇ ਜੇ ਭਰੋਸਾ ਹੋਏਗਾ, ਵਿਸ਼ਵਾਸ ਹੋਏਗਾ, ਤਾਂ ਉਹ ਸੰਬੰਧ ਵੀ ਅੱਛਾ ਚੱਲੇਗਾ, ਚਾਹੇ ਉਹ ਮਾਂ ਬਾਪ ਦਾ ਆਪਣਾ ਹੈਗਾ, ਈਵਨ ਜੋਬ 'ਚ ਵੀ, ਕਲੀਗਸ ਦਾ ਵੀ, ਆਫਿਸ 'ਚ ਵੀ। ਇਹ ਚੀਜ਼ਾਂ ਆਮ ਤੌਰ 'ਤੇ ਦੇਖਣ ਨੂੰ ਮਿਲਦੀਆਂ, ਇਹ ਬੌਸ ਨੂੰ ਲੈ ਕੇ ਬਹੁਤ ਜ਼ਰੂਰੀ ਹੈ। ਬੌਸ ਦਾ ਇੰਪਲੋਈਜ਼ 'ਤੇ ਟਰੱਸਟ ਨਹੀਂ ਹੁੰਦਾ, ਇੰਪਲੋਈਜ਼ ਦਾ ਬੌਸ 'ਤੇ ਟਰੱਸਟ ਨਹੀਂ ਹੁੰਦਾ, ਔਰ ਜ਼ਿਆਦਾਤਰ ਜੋ ਚੀਜ਼ਾਂ ਹੈ ਉਹ ਸਟ੍ਰੈਸ 'ਚ ਇਸ ਲਈ ਚਲੀਆਂ ਜਾਂਦੀਆਂ ਹੈ ਕਿਉਂਕਿ ਆਈ ਥਿੰਕ ਕਮਿਊਨੀਕੇਸ਼ਨ ਗੈਪ ਕਿਤੇ ਨਾ ਕਿਤੇ ਆ ਜਾਂਦਾ ਹੈ ਉਹਦੇ 'ਚ। ਮਤਲਬ ਬੇਸਿਕਲੀ ਇਹ ਹੁੰਦਾ ਕਿਸੇ ਵੀ ਸੰਬੰਧ 'ਚ ਇੱਕ ਮੈਚੋਰਿਟੀ ਆਉਣ ਵਾਸਤੇ ਇਹ ਜ਼ਰੂਰੀ ਹੈਗਾ ਕਿ ਉਹਦੇ 'ਚ ਫਿਰ ਉਹੀ ਚੀਜ਼ ਆ ਜਾਂਦਾ ਕਿ ਸਾਨੂੰ ਇੱਕ ਥੋੜ੍ਹਾ ਸਥਾਨ ਦੇਣਾ ਪੈਂਦਾ ਹੈਗਾ, ਜਿਹਨੂੰ ਅਸੀਂ ਕਹੀਏ ਕਿ ਥੋੜ੍ਹਾ ਮਾਰਜਿਨ ਦੇਣਾ ਪੈਂਦਾ ਹੈਗਾ ਦੂਸਰੇ ਨੂੰ ਵੀ। ਦੂਸਰਾ ਵੀ ਆਪਣੀ ਵੀਕਨੈਸਿਸ ਨੂੰ ਸਮਝਦਾ ਹੈਗਾ, ਉਹ ਆਪਣੀ ਕਮਜ਼ੋਰੀਆਂ ਨੂੰ ਸਮਝ ਰਿਹਾ ਹੈਗਾ, ਅੰਦਰ ਰਿਅਲਾਈਜ਼ ਕਰ ਰਿਹਾ, ਪਰ ਉਹਨੂੰ ਅਗਰ ਅਸੀਂ ਟਾਈਮ ਐਂਡ ਸਪੇਸ ਨਹੀਂ ਦੇਵਾਂਗੇ ਉਹ ਚੇਂਜ ਕਿਸ ਤਰ੍ਹਾਂ ਕਰੇਗਾ। ਮਤਲਬ ਖੁਸ਼ ਰਹਿਣ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ, ਨਾ ਕਿ ਆਪਣੀ ਸੋਚ ਨੂੰ ਬਦਲਣਾ, ਆਪਣੇ ਬਿਲੀਫ ਸਿਸਟਮ ਨੂੰ ਵੀ, ਆਪਣੀ ਮਾਨਤਾਵਾਂ ਨੂੰ ਵੀ ਬਦਲਣਾ ਬਹੁਤ ਜ਼ਰੂਰੀ ਹੈ। ਸਾਰੇ ਤੋਂ ਵੱਡੀ ਚੀਜ਼ ਤਾਂ ਇਹ ਹੈਗੀ ਕਿ ਲਾਈਫ 'ਚ ਕੁਛ ਨਾ ਕੁਛ ਇੱਕ ਸਿਸਟਮ ਹੋਣਾ ਚਾਹੀਦਾ ਹੈ ਕਿ ਬਈ ਮੈਨੂੰ ਇਹ ਸੋਚਣਾ ਹੈਗਾ ਕਿ ਮੇਰੀ ਜ਼ਿੰਮੇਵਾਰੀ ਕੀ ਹੈਗੀ। ਮੈਂ ਦੂਸਰਿਆਂ 'ਤੇ ਬਲੇਮ ਕਰਾਂਗਾ, ਦੂਸਰਿਆਂ ਨੂੰ ਜ਼ਿੰਮੇਵਾਰ ਬਣਾਵਾਂਗਾ ਆਪਣੇ ਜੀਵਨ ਦਾ, ਫਿਰ ਮੁਸ਼ਕਿਲ ਹੋ ਜਾਂਦੀ ਹੈਗੀ। ਉਹ ਜੋ ਕੁਛ ਵੀ ਮੇਰਾ ਸੋਚਣ ਦਾ ਤਰੀਕਾ ਹੈਗਾ, ਉਹ ਮੇਰਾ ਸੋਚਣ ਦਾ ਤਰੀਕਾ ਹੈਗਾ, ਮੈਂ ਆਪਣੇ ਸੋਚਣ ਦੇ ਤਰੀਕੇ ਨੂੰ ਦੂਸਰਿਆਂ 'ਤੇ ਥੋਪ ਨਹੀਂ ਸਕਦਾ ਹੈਗਾ, ਦੂਸਰਿਆਂ ਨੂੰ ਪ੍ਰੈਸ਼ਰਾਈਜ਼ ਨਹੀਂ ਕਰ ਸਕਦਾ ਕਿ ਉਹ ਵੀ ਉਸ ਤਰ੍ਹਾਂ ਸੋਚਣ। ਮੈਨੂੰ ਇਹ ਸੋਚਣਾ ਹੈਗਾ ਕਿ ਮੈਂ ਲੋਕਾਂ ਨੂੰ ਇੰਸਪਾਇਰ ਕਰ ਸਕਦਾ ਹੈਗਾ, ਲੋਕਾਂ ਨੂੰ ਇਨਕਰੇਜ ਕਰ ਸਕਦਾ ਹੈਗਾ, ਕਿਸੇ ਨੂੰ ਸਪੋਰਟ ਕਰ ਸਕਦਾ ਹੈਗਾ, ਪਰ ਮੈਂ ਕਿਸੇ 'ਤੇ ਪ੍ਰੈਸ਼ਰ ਨਹੀਂ ਪਾ ਸਕਦਾ ਕਿ ਉਹ ਉਸ ਤਰ੍ਹਾਂ ਹੀ ਚੱਲੇ ਜਿਸ ਤਰ੍ਹਾਂ ਮੈਂ ਚੱਲ ਰਿਹਾ। ਆਈ ਥਿੰਕ ਬਹੁਤ ਈਜ਼ੀਲੀ ਵੀ ਮੈਨੂੰ ਲੱਗਦਾ ਹੈ ਕਿ ਲੋਕ ਇਸ ਚੀਜ਼ ਤੋਂ ਦੂਸਰਿਆਂ 'ਤੇ ਬਲੇਮ ਤਾਂ ਕਰ ਦਿੰਦੇ ਨੇ ਕਿ ਬਈ ਮੈਂ ਕੁਛ ਨਹੀਂ ਕੀਤਾ, ਮੇਰੀ ਵਜ੍ਹਾ ਨਾਲ ਨਹੀਂ ਹੋਇਆ, ਤਾਂ ਉਹ ਸਾਹਮਣੇ ਵਾਲੇ ਦੀ ਗਲਤੀ ਸੀ, ਉਹਦੇ ਕਰਕੇ ਹੋ ਗਿਆ। ਇੱਕ ਸੁਭਾਅ ਬਣਿਆ ਹੈ ਕਿ ਅਸੀਂ ਆਪਣੇ ਆਪ ਨੂੰ ਰਾਈਟ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਆਪਣੇ ਆਪ ਨੂੰ ਰਾਈਟ ਸਿੱਧ ਕਰਨ ਵਾਸਤੇ ਜੋ ਕੁਛ ਵੀ ਰੋਂਗ ਹੋਇਆ ਹੈਗਾ, ਜੋ ਕੁਛ ਵੀ ਗਲਤ ਹੋਇਆ ਹੈਗਾ, ਉਹ ਗਲਤੀ ਅਸੀਂ ਕਿਸੇ ਹੋਰ 'ਤੇ ਟ੍ਰਾਂਸਫਰ ਕਰ ਦਿੰਦੇ ਹਾਂ। ਉਹਦੇ 'ਚ ਬਹੁਤ ਜ਼ਰੂਰੀ ਹੈਗਾ ਕਿ ਅਸੀਂ ਇਹ ਸੋਚੀਏ ਕਿ ਚੈਲੇਂਜ ਕਦੇ ਕਦੇ ਆਪਣੀ ਅਸੰਪਸ਼ਨਸ ਨੂੰ ਵੀ ਕਰਨਾ ਪੈਂਦਾ ਹੈ ਕਿ ਵੀ ਆਪਣੇ ਆਪ ਨੂੰ ਵੀ ਸੋਚ ਕੇ ਦੇਖੀਏ ਕਿ ਮੈਂ ਵੀ ਕਦੇ ਗਲਤ ਹੋ ਸਕਦਾ ਹੈਗਾ, ਮੇਰੀ ਸੋਚ ਵੀ ਗਲਤ ਹੋ ਸਕਦੀ ਹੈ। ਉਹਦੇ ਵਾਸਤੇ ਜ਼ਰੂਰੀ ਹੈਗਾ ਕਿ ਅਸੀਂ ਕਿਸੇ ਨੂੰ ਓਬਜ਼ਰਵ ਕਰੀਏ, ਚਾਹੇ ਬੱਚੇ ਹੈਗੇ, ਚਾਹੇ ਵਰਕ ਕਲੀਗਸ ਹੈਗੇ, ਚਾਹੇ ਸਾਡੀ ਵਾਈਫ ਹੈਗੀ, ਚਾਹੇ ਹਸਬੈਂਡ ਹੈ, ਅਸੀਂ ਉਹਨਾਂ ਨੂੰ ਓਬਜ਼ਰਵ ਕਰੀਏ ਕਿ ਉਹਨਾਂ ਦੀ ਡਿਫੀਕਲਟੀਜ਼ ਕੀ ਹੈਗੀ। ਤੁਸੀਂ ਪਤਾ ਨਹੀਂ ਕਦੇ ਦੇਖਿਆ ਹੋਣਾ, ਅੱਜ ਕੱਲ੍ਹ ਇੱਕ ਉਹ ਟੀਵੀ 'ਚ ਐਡਵਰਟਾਈਜ਼ਮੈਂਟ ਆਉਂਦੀ ਸੀ, ਉਹ ਦੋਨਾਂ ਦਾ ਹਸਬੈਂਡ ਵਾਈਫ ਦਾ ਟੈਲੀਫੋਨ ਸੈੱਲ ਫੋਨ ਚੇਂਜ ਕਰ ਦਿੰਦੇ ਨੇ, ਤਾਂ ਪਤਾ ਲੱਗਦਾ ਕਿ ਉਹ ਕਿੰਨੇ ਆਪਸ 'ਚ ਵਿਅਸਤ ਹੈਗੇ ਨੇ, ਨਹੀਂ ਤੇ ਅਸੀਂ ਸੋਚਦੇ ਹਾਂ ਪਤਾ ਨਹੀਂ ਉਹ ਕੀ ਕਰਦੇ ਹੈਗੇ ਘਰ 'ਚ ਬੈਠੇ ਬੈਠੇ, ਕੀ ਕਰਦੇ ਰਹਿੰਦੇ ਜਾਂ ਆਫਿਸ 'ਚ, ਪਤਾ ਨਹੀਂ ਕੋਈ ਕੰਮ ਹੀ ਨਹੀਂ ਹੁੰਦਾ। ਆਫਿਸ ਵਾਲਾ ਸੋਚਦਾ, ਘਰ ਵਾਲਾ ਕੁਛ ਨਹੀਂ ਕਰ ਰਿਹਾ, ਘਰ ਬਹਿ ਕੇ ਸੋਚਦੇ ਆਫਿਸ। ਇਹ ਜ਼ਰੂਰੀ ਹੈਗਾ ਕਿ ਵੀ ਨੀਡ ਟੂ, ਅਸੀਂ ਦੂਸਰੇ ਦੇ ਸ਼ੂਜ਼, ਜਿਸ ਤਰ੍ਹਾਂ ਕਹਿੰਦੇ ਨਾ ਵੀ ਦੂਸਰੇ ਦੇ ਸ਼ੂਜ਼ 'ਚ ਵੀ ਪੈਰ ਰੱਖ ਕੇ ਦੇਖੀਏ ਤੇ ਉਹਨੂੰ ਕਿਤੇ ਕੀ ਤਕਲੀਫ ਹੁੰਦੀ ਹੈਗੀ। ਸੋ ਇਹ ਜ਼ਰੂਰੀ ਹੈਗਾ ਕਿ ਇੱਕ ਐਮਪੈਥੀ ਹੋਣੀ ਚਾਹੀਦੀ ਹੈਗੀ, ਇੱਕ ਦੂਸਰੇ ਦੀ ਮੁਸ਼ਕਿਲਾਂ ਨੂੰ ਸਮਝਣ ਦੀ ਵੀ ਅੰਦਰ ਇੱਕ ਖਮਤਾ ਹੋਣੀ ਚਾਹੀਦੀ ਹੈ, ਕੈਪੈਸਿਟੀ ਹੋਣੀ ਚਾਹੀਦੀ ਹੈ ਕਿ ਅਸੀਂ ਅੰਡਰਸਟੈਂਡ ਕਰ ਸਕੀਏ ਕਿ ਦੂਸਰੇ ਨੂੰ ਵੀ ਕੋਈ ਡਿਫੀਕਲਟੀਜ਼ ਹੋ ਸਕਦੀ ਹੈ। ਬਿਲਕੁਲ ਸਹੀ ਕਹਿ ਰਹੇ ਹੋ ਡਾਕਟਰ ਸਾਹਿਬ, ਇਹ ਚਰਚਾ ਬਹੁਤ ਹੀ ਗੂੜੀ ਹੈ ਮੈਨੂੰ ਲੱਗਦਾ ਹੈ, ਇਸ ਚਰਚਾ ਨੂੰ ਆਪਾਂ ਹੋਰ ਅੱਗੇ ਵਧਾਵਾਂਗੇ ਸਾਡੀ ਅਗਲੀ ਕੜੀ 'ਚ, ਤਬ ਤੱਕ ਦੇ ਲਈ ਧੰਨਵਾਦ। ਥੈਂਕ ਯੂ। ਦੋਸਤੋ, ਤੁਸੀਂ ਦੇਖਿਆ ਕਿ ਕਿੱਦਾਂ ਕਿੰਨਾ ਜ਼ਰੂਰੀ ਹੁੰਦਾ ਹੈ ਆਪਣੀ ਖੁਸ਼ੀ ਨੂੰ ਬਣਾਉਣ ਰੱਖਣ ਲਈ ਆਪਣੀ ਚੀਜ਼ਾਂ ਨੂੰ ਦੂਸਰਿਆਂ 'ਤੇ ਨਹੀਂ ਥੋਪਣਾ।
ਅੱਜ ਕੱਲ੍ਹ ਬਹੁਤ ਈਜ਼ੀ ਹੋ ਗਿਆ ਹੈ ਆਪਣੀ ਰਿਸਪੋਂਸੀਬਿਲਿਟੀਜ਼ ਨੂੰ ਕਿਤੇ ਨਾ ਕਿਤੇ ਸਾਈਡ 'ਤੇ ਕਰ ਦੇਣਾ। ਇਨਸਾਨ ਬਹੁਤ ਜਲਦੀ ਵਿਹਲਾ ਹੋ ਜਾਂਦਾ ਹੈ ਕਹਿ ਕੇ ਕਿ ਇਹ ਮੈਂ ਨਹੀਂ ਕੀਤਾ, ਇਹ ਤਾਂ ਦੂਸਰੇ ਨੇ ਕੀਤਾ ਹੋਇਆ ਹੈ। ਤਾਂ ਇਹ ਬਹੁਤ ਹੀ ਵੱਡਾ ਫੈਕਟਰ ਹੈ। ਅਗਰ ਅਸੀਂ ਆਪਣੇ ਅੰਦਰ ਇਹ ਚੀਜ਼ ਅਪਣਾ ਲਈਏ ਕਿ ਆਪਣੇ ਆਪ ਨੂੰ ਦੇਖੀਏ, ਦੂਸਰੇ ਨੂੰ ਨਾ ਦੇਖੀਏ, ਤਾਂ ਸ਼ਾਇਦ ਸਾਡੀ ਜੋ ਖੁਸ਼ੀ ਹੈ ਉਹ ਕਿਤੇ ਗੁੰਮ ਨਹੀਂ ਹੋਵੇਗੀ। ਇਸੇ ਕੜੀ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ, ਮਿਲਦੇ ਹਾਂ ਅਗਲੇ ਐਪੀਸੋਡ 'ਚ। ਤਬ ਤੱਕ ਦੇ ਲਈ ਸਤਿ ਸ਼੍ਰੀ ਅਕਾਲ, ਓਮ ਸ਼ਾਂਤੀ। ਆਪਣੇ ਸੁਝਾਵ ਦੇਣ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਗੋਲਡੀਵੁੱਡ ਸਟੂਡੀਓ, ਸ਼ਾਂਤੀਵਨ, ਮੋਬਾਈਲ ਨੰਬਰ 80 94 94 34, ਈਮੇਲ punjabi.gws@gmail.com।